ਕਿਹਾ ਵੀ ਬੋਰੀ ਡਿੱਗੀ ਹੁੰਦੀ ਆ। ਅੱਛਾ। ਤੇ ਮੈਂ ਸਾਈਡ ਤੋਂ ਉਧਰੋਂ ਥੱਲੇ ਕਰਕੇ ਗੱਡੀ ਦੇ ਆਰਾਮ ਨਾਲ ਆ ਰਿਹਾ ਸੀ, ਮੇਰੇ ਵਿੱਚ ਨਾਲ ਮੇਰੇ ਮੁੰਡਾ ਬੈਠਾ ਸਰਪੰਚ ਸਾਹਿਬ ਸੀ, ਉਹ ਸ਼ੋਰ ਆ ਕਿ ਇਹਨੂੰ ਟਰੱਕ ਨੇ ਮਾਰਿਆ, ਟਰੱਕ ਨੇ ਸ਼ੋਰ ਆ ਸੀ। ਹੋਈ ਬਹੁਤ ਮੰਦਭਾਗੀ ਆ, ਇਹ ਕ੍ਰੋਸ ਕਰ ਰਿਹਾ ਸੀ, ਇਹ ਕ੍ਰੋਸ ਨਹੀਂ ਸੀ ਕਰ ਰਿਹਾ, ਕਸੂਰ ਟਰੱਕ ਵਾਲਾ ਦਾ ਵੀ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਉਹ ਸਪੀਡ 'ਚ ਆਉਂਦਾ ਸੀ। ਇਹ ਚਾਨਚੱਕ ਇੱਥੇ ਇਹ ਚਾਨਚੱਕ ਜਿੱਦਾਂ ਡਿੱਗਿਆ ਕੋਈ ਚੀਜ਼ ਲੱਗਦੀ ਇੱਦਾਂ ਡਿੱਗਿਆ ਸੀ। ਦਰਅਸਲ ਏਦਾਂ ਸੀਗਾ, ਅਸੀਂ ਦੂਰ ਤੋਂ ਦੇਖਿਆ ਸਾਨੂੰ ਏਦਾਂ ਲੱਗਿਆ ਵੀ ਬੋਰੀ ਡਿੱਗੀ ਹੁੰਦੀ ਆ। ਅੱਛਾ। ਤੇ ਮੈਂ ਸਾਈਡ ਤੋਂ ਉਧਰੋਂ ਥੱਲੇ ਕਰਕੇ ਗੱਡੀ ਰੋਕੀ, ਕਾਫੀ ਅੱਗੇ ਜਾ ਕੇ ਅਸੀਂ ਪਿੱਛੇ ਕਰਕੇ ਦੇਖੀਏ ਕਿ ਬੰਦਾ ਨਾ ਹੋਵੇ, ਜਦ ਅਸੀਂ ਪਿੱਛੇ ਗੱਡੀ ਖੜ ਕੇ ਉਤਰਨ ਜਾਤੇ ਟਰੱਕ ਲੰਘ ਗਿਆ ਦੇ ਉੱਤੋਂ। ਪਹਿਲਾਂ ਦੇਖਣ ਨੂੰ ਐਂ ਲੱਗਿਆ ਕਿ ਕੋਈ ਬੋਰੀ ਆ, ਹਾਂ ਦੇਖਣ ਨੂੰ ਦੂਰੋਂ ਸਾਨੂੰ ਏਦਾਂ ਹੀ ਲੱਗਿਆ ਕਿ ਕੋਈ ਇਹੋ ਜਿਹੀ ਚੀਜ਼ ਡਿੱਗੀ ਆ। ਮੈਨੂੰ ਫਿਰ ਉਹ ਬੰਦੇ ਨੇ ਵਿੱਚ ਬੈਠੇ ਨੇ, ਮੈਂ ਤਾਂ ਗੱਡੀ ਚਲਾਉਂਦਾ, ਉਹਨੇ ਦੱਸਿਆ ਕਹਿੰਦਾ ਬੰਦਾ ਲੱਗਦਾ। ਅੱਛਾ, 22-23 ਸਾਲ ਦਾ ਕਹਿੰਦੇ ਨੌਜਵਾਨ ਹੈ, ਇਹ ਥੋੜ੍ਹੀ ਉਮਰ ਦਾ ਹੀ ਲੱਗਦਾ, ਦੇਖਿਆ ਮੁੰਡਾ ਥੋੜ੍ਹੀ ਉਮਰ ਦਾ ਹੀ ਲੱਗਦਾ, ਪਰ ਹੋਈ ਬਹੁਤ ਮੰਦਭਾਗੀ ਆ। ਇਹ ਕ੍ਰੋਸ ਕਰ ਰਿਹਾ ਸੀ, ਇਹ ਕ੍ਰੋਸ ਨਹੀਂ ਸੀ ਕਰ ਰਿਹਾ, ਕਸੂਰ ਟਰੱਕ ਵਾਲਾ ਦਾ ਵੀ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਉਹ ਸਪੀਡ 'ਚ ਆਉਂਦਾ ਸੀ। ਇਹ ਚਾਨਚੱਕ ਇੱਥੇ ਇਹ ਚਾਨਚੱਕ ਜਿੱਦਾਂ ਡਿੱਗਿਆ ਕੋਈ ਚੀਜ਼ ਲੱਗਦੀ ਇੱਦਾਂ ਡਿੱਗਿਆ ਸੀ, ਇਹ ਪਹਿਲਾਂ ਡਿੱਗਿਆ ਸੀ, ਪਰ ਉਹ ਉੱਪਰ ਦੀ ਟਰੱਕ ਲੰਘਣੇ ਦਾ ਪਟਾਕਾ ਬੋਲ ਗਿਆ। ਉਸ ਦੇਖ ਕੇ ਫਿਰ ਅਸੀਂ ਖੜੇ ਹੋਏ, 100 ਨੰਬਰ 'ਤੇ ਫੋਨ ਕੀਤਾ ਸਾਰੇ ਪਾਸੇ, ਪਰ ਅਜੇ ਤੱਕ ਕੋਈ ਨਹੀਂ ਆਇਆ। ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜਿਆਂ ਨੂੰ? ਮੇਰੇ ਹਿਸਾਬ ਨਾਲ 35 ਮਿੰਟ ਸਾਨੂੰ ਹੋ ਗਿਆ, ਗੱਡੀਆਂ ਬੜੇ। ਐਂਬੂਲੈਂਸ ਕੋਈ ਆਈ? ਐਂਬੂਲੈਂਸ ਪਿੱਛੇ ਇੱਕ ਮਾਹਲੀ ਵਾਲੀ ਆਈ ਸੀ, ਉਹ ਖੜੀ ਦੇਖ ਦੂਖ ਕੇ, ਉਹ ਕਹਿੰਦੇ ਅਸੀਂ ਤਾਂ ਰੂਟੀਨ 'ਚ ਪਿੱਛੇ ਜਲੰਧਰੋਂ ਆ ਰਹੇ ਹਾਂ, ਉਹ ਫਿਰ ਚਲੇ ਗਏ। ਪਰ ਇਹ ਤਾਂ ਹੁਣ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਨੂੰ ਕਿਹਾ ਕੋਸ਼ਿਸ਼ ਕਰੋ, ਪਰ ਉਹਨਾਂ ਨੇ ਸਾਡਾ ਨਹੀਂ ਮੰਨਿਆ। ਇੱਥੋਂ ਮੈਂ ਜਦੋਂ ਆਉਂਦਾ ਸੀ, ਮੈਂ ਦੇਖਿਆ ਕਈ ਲਾਲ ਬੱਤੀ ਵਾਲੀਆਂ ਗੱਡੀਆਂ ਬਹੁਤ ਸਪੀਡ ਨਾਲ ਲੰਘਦੀ, ਕੋਈ ਰੁਕਿਆ? ਦੋ ਗੱਡੀਆਂ ਰੁਕੀਆਂ, ਪਰ ਰੁਕ ਕੇ ਅਸੀਂ ਹਾਕਾ ਮਾਰੀਆਂ ਉਹਨਾਂ ਨੂੰ। ਇੱਕ ਮਹਿੰਦਰਾ ਗੱਡੀ, ਸਰਕਾਰੀ ਗੱਡੀ, ਮੁਲਾਜ਼ਮ ਵਿੱਚ ਬੈਠੇ, ਲੇਕਿਨ ਉਹਨਾਂ ਨੇ ਥੱਲੇ ਉੱਤਰ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਗੱਡੀ ਆਰਾਮ ਨਾਲ ਲੈ ਕੇ ਚਲੇ ਗਏ। ਯੂਨੀਫਾਰਮ ਹੀ ਕਰ ਦੋ, ਯੂਨੀਫਾਰਮ ਤਾਂ ਅਸੀਂ ਕਰਦੇ, ਜਦ ਦੇ ਖੜੇ ਸਾਡੇ ਅੱਧਾ ਪੌਣਾ ਘੰਟਾ ਹੋ ਗਿਆ, ਅਸੀਂ ਕੋਈ ਨਹੀਂ ਆਇਆ, ਅਤੇ ਨਾ ਕੋਈ ਐਂਬੂਲੈਂਸ, ਨਾ ਕੋਈ ਪੁਲਿਸ ਵਾਲਾ, ਨਾ ਕੋਈ ਹੋਰ।